ਸੰਗਰੂਰ ਵਿਜੀਲੈਂਸ ਨੇ ਕੋਰੀਆ ਪਿੰਡ ਦੀ ਸੁਸਾਇਟੀ ਤੋਂ ਇੱਕ ਪੁਰਾਣੇ ਮੁਲਾਜ਼ਮ ਦੇ 15,000 ਰੁਪਏ ਦੀ ਰਿਸ਼ਵਤ ਲੈਂਦੇ ਸੁਸਾਇਟੀ ਦੇ ਸਚਿਵ ਨੂੰ ਰੰਗੇ ਹੱਥ ਗ੍ਰਿਫਤਾਰ ਕਰ ਲਿਆ ਹੈ। ਫਿਲਹਾਲ ਵਿਜੀਲੈਂਸ ਨੇ ਆਰੋਪੀ ਦੇ ਖਿਲਾਫ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਜਿਹੜਾ ਹੁਣ ਇਸ ਟਾਈਮ ਅਸੀਂ ਬੰਦਾ ਫੜਿਆ ਗੁਰਲਾਲ ਸਿੰਘ ਕੋਆਪਰੇਟਿਵ ਸੁਸਾਇਟੀ ਦਾ ਸੈਕਟਰੀ ਹੈ ਜਿਹੜਾ, ਇਹਨਾਂ ਨੇ ਮਦਈ ਨੂੰ ਇਹ ਗੱਲ ਕਹਿ ਕੇ ਨੋਟਿਸ ਦੇਣੇ ਸ਼ੁਰੂ ਕਰਤੇ ਵੀ ਮੈਂ ਤੇਰੇ ਖਿਲਾਫ਼ ਕਾਰਵਾਈ ਕਰੂੰਗਾ, ਨਹੀਂ ਜਿਹੜੀ ਤੂੰ ਤਨਖਾਹ ਲੈ ਗਿਆ ਮਹਿਕਮੇ ਕੋਲੋਂ ਉਹ ਵਾਪਸ ਕਰ, ਨਹੀਂ ਤਾਂ ਤੇਰੇ ਖਿਲਾਫ਼ ਮੈਂ ਕਾਰਵਾਈ ਕਰੂੰਗਾ। ਇਹਨੇ ਕਿਹਾ ਵੀ ਮੈਂ ਹੁਣ ਤਨਖਾਹ ਦੇਣ ਦੇ ਅਸਮਰਥ ਹਾਂ ਤਾਂ ਤੂੰ ਮੈਨੂੰ ਇਹਨਾਂ ਦਾ। ਇਹਨਾਂ ਨੇ ਉਸ ਚੀਜ਼ ਦੇ ਬਦਲੇ 15,000 ਰੁਪਏ ਦੀ ਡਿਮਾਂਡ ਕੀਤੀ ਸੀ, ਅੱਜ ਰੰਗੇ ਹੱਥੀ 15,000 ਰੁਪਏ ਲੈਂਦਾ, ਇਹ ਅਸੀਂ ਕਾਬੂ ਕੀਤਾ ਅਤੇ ਇਹਦੇ ਖਿਲਾਫ਼ ਮੁਕੱਦਮਾ ਦਰਜ ਕਰ। ਸੁਸਾਇਟੀ 'ਚ ਕੰਮ ਕਰਿਆ ਜੀ, ਕਮੇਟੀ ਨੇ ਮਤਾ ਪਾਤਾ, ਉਦੋਂ ਬਾਅਦ ਮਤਾ ਕੱਟਤਾ ਜੀ, ਉਦੋਂ ਬਾਅਦ ਇਹ ਮਹਿਕਮਾ ਸੈਕਟਰੀ ਰਲ ਕੇ ਨਾਲ ਉੱਤੋਂ ਚਿੱਠੀਆਂ ਕਢਾਈ ਗਏ ਵੀ ਜਾਂ ਤਾਂ ਪੈਸੇ ਦੇ ਕੇ ਜਾ ਸਾਨੂੰ, ਨਹੀਂ ਉਹ ਤਨਖਾਹ ਮੋੜ ਕੇ ਜਾ, ਜਿਹੜਾ ਕੰਮ ਕਰਿਆ ਜੀ ਪੈਸੇ ਲਏ ਮੈਂ ਤਨਖਾਹ ਦੇ। ਫਿਰ ਕੀ ਬਣਿਆ? ਫਿਰ ਕੀ ਬਣਿਆ ਜੀ, ਇਹਨਾਂ ਨੇ ਮਤਲਬ ਇਹਦੇ ਕੋਲ ਆਉਂਦਾ ਰਿਹਾ, ਮੈਂ ਸੈਟਲਮੈਂਟ ਜੀ ਹੁੰਦੀ ਰਹੀ, ਪਹਿਲਾਂ 9,000 'ਚ ਕਹੀ ਗਿਆ ਮੈਨੂੰ, ਫਿਰ ਕੱਲ੍ਹ ਬਾਅਦ 'ਚ ਜਦੋਂ ਗੱਲ ਹੋਈ ਮਹਾਂ ਚੱਲ ਬਾਈ ਨੌ ਦੇ ਮੈਂ 9,000 ਰੁਪਈਆ, ਕਹਿੰਦਾ ਨਾ 15 ਲੱਗੂਗਾ। ਅੱਛਾ, 15 ਤੋਂ ਬਾਅਦ ਜੀ ਫਿਰ ਮੈਂ ਉਰੇ ਆ ਕੇ ਦੱਸਿਆ, ਬੇਨਤੀ ਕਰੀ ਸਰਦਾਰ ਜੀ ਨੂੰ, ਇਹ ਕਹਿੰਦੇ ਵੀ ਚੱਲ ਕੋਈ ਨਹੀਂ ਆਪਾਂ ਫਿਰ ਮਸਲਾ ਹੱਲ ਕਰਦੇ ਜੀ, ਅੱਜ ਅਸੀਂ ਫਿਰ ਵੱਗ ਗਏ ਜੀ ਤੁਹਾਨੂੰ 15,000 ਰੁਪਏ ਦੇ ਤਾ। 15 ਸੰਗਰੂਰ ਤੋਂ ਤੇਜਿੰਦਰ ਕੁਮਾਰ ਦੀ ਰਿਪੋਰਟ, ਚੈਨਲ 2।